ਅਮਰੀਕਾ 'ਚ ਗੋਲੀ ਨਾਲ ਮਾਰਤਾ ਮਾਪਿਆਂ ਦਾ ਪੁੱਤ। 3 ਸਾਲ ਪਹਿਲਾਂ ਡੰਕੀ ਲਗਾ ਕੇ ਗਿਆ ਸੀ ਅਮਰੀਕਾ। ਪਰਿਵਾਰ ਨੇ ਚੁੱਕਿਆ ਸੀ 35 ਲੱਖ ਦਾ ਕਰਜ਼ਾ। ਤਾਂ ਦੱਸ ਦੇ ਕਿ ਅਮਰੀਕਾ ਦੇ ਵਿੱਚ ਗੋਲੀ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਤਾਂ ਪਰਿਵਾਰ ਦੇ ਵੱਲੋਂ 35 ਲੱਖ ਦਾ ਕਰਜ਼ਾ ਚੁੱਕਿਆ ਗਿਆ ਸੀ ਅਤੇ 3 ਸਾਲ ਪਹਿਲਾਂ ਡੰਕੀ ਨਾਲ ਇਸ ਨੂੰ ਵਿਦੇਸ਼ ਭੇਜਿਆ ਸੀ ਅਤੇ ਹੁਣ ਇਸ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਤਾਂ ਇਸ ਸੰਬੰਧੀ ਜਾਣਕਾਰੀ ਪਰਿਵਾਰ ਨੂੰ ਉਸਦੇ ਨਾਲ ਰਹਿੰਦੇ ਦੋਸਤ ਨੇ ਦਿੱਤੀ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਇਸ ਸੰਬੰਧੀ ਪਰਿਵਾਰ ਨੇ ਦੱਸਿਆ ਕਿ ਮੋਨੂ 2.5 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਫਿਲਹਾਲ ਉਹ ਨਿਊਯਾਰਕ ਦੇ ਵਿੱਚ ਰਹਿ ਰਿਹਾ ਸੀ। ਉੱਥੇ ਡੋਰ ਡੈਸਕ ਦਾ ਕੰਮ ਕਰ ਰਿਹਾ ਸੀ ਅਤੇ ਸਾਨੂੰ 12 ਜੁਲਾਈ ਦੀ ਰਾਤ ਕਰੀਬ 10 ਵਜੇ ਇਹ ਸੂਚਨਾ ਮਿਲੀ ਕਿ ਮੋਨੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਿਸ ਨੇ ਕਿ ਉਹਨਾਂ ਨੂੰ ਇਹ ਸਾਰੀ ਜਾਣਕਾਰੀ ਦਿੱਤੀ। ਉੱਥੇ ਹੀ ਗੋਲੀਬਾਰੀ ਦੇ ਵਿੱਚ ਕਈ ਹੋਰ ਲੋਕਾਂ ਦਾ ਵੀ ਕਤਲ ਕਰ ਦਿੱਤਾ, ਜਿਸ ਦੇ ਵਿੱਚ ਮੋਨੂ ਵੀ ਸ਼ਾਮਿਲ ਸੀ। ਤਾਂ ਪਰਿਵਾਰ ਨੇ ਦੱਸਿਆ ਕਿ ਇਹ 5 ਭੈਣ ਭਾਈ ਨੇ, ਜਿਸ ਦੇ ਵਿੱਚ 3 ਕੁੜੀਆਂ ਅਤੇ 2 ਮੁੰਡੇ ਨੇ। ਤਾਂ ਮੋਨੂ ਸਭ ਤੋਂ ਛੋਟਾ ਮੁੰਡਾ ਸੀ। ਤਾਂ ਬੈਂਕ ਤੋਂ ਲੋਨ ਲੈ ਕੇ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਚੁੱਕਿਆ ਸੀ, ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਅਮਰੀਕਾ ਭੇਜਿਆ ਸੀ। ਤਾਂ ਹਾਲੇ ਉਹ ਕਰਜ਼ਾ ਵਾਪਸ ਵੀ ਨਹੀਂ ਮੋੜਿਆ ਸੀ ਅਤੇ ਪਹਿਲਾਂ ਹੀ ਉਹਨਾਂ ਦੇ ਨੌਜਵਾਨ ਪੁੱਤ ਦਾ ਕਤਲ ਕਰ ਦਿੱਤਾ। ਤਾਂ ਹੁਣ ਮੁੰਡਾ ਵੀ ਨਹੀਂ ਰਿਹਾ ਉਹਨਾਂ ਦਾ ਅਤੇ ਉਸਦੀ ਲਾਸ਼ ਨੂੰ ਮੰਗਵਾਉਣ ਦੇ ਲਈ ਉਹਨਾਂ ਦੇ ਵੱਲੋਂ ਭਾਰਤ ਸਰਕਾਰ ਕੋਲੋਂ ਮਦਦ ਦੀ ਗੁਹਾਰ ਵੀ ਲਗਾਈ ਗਈ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਕਰਨਾਲ ਦਾ ਰਹਿਣ ਵਾਲਾ ਸੀ, ਜਿੱਥੇ ਕਿ ਉਸਦੇ ਦੋਸਤ ਨੇ ਦੱਸਿਆ ਕਿ ਪਹਿਲਾਂ ਇਹ ਪੁਰਤਗਾਲ ਗਿਆ ਸੀ, ਜਿਸ ਤੋਂ ਬਾਅਦ ਅਮਰੀਕਾ ਚਲਾ ਗਿਆ ਅਤੇ ਨਾਲ ਹੀ ਉਸਨੇ ਦੱਸਿਆ ਕਿ ਉੱਥੇ ਕਾਲੇ ਲੋਕ ਨੇ ਜੋ ਕਿ ਕਿਸੇ ਨੂੰ ਵੀ ਗੋਲੀ ਮਾਰ ਦਿੰਦੇ ਨੇ ਅਤੇ ਉਹਨਾਂ 'ਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ। ਤਾਂ ਅਮਰੀਕਾ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਘਟਨਾ ਹੁੰਦੀ ਰਹਿੰਦੀ ਹੈ। ਤਾਂ ਦੱਸ ਦੇ ਕਿ ਹੁਣ ਪਰਿਵਾਰ ਦੇ ਵੱਲੋਂ ਇਸ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਵਾਪਸ ਲਿਆਉਣ ਦੇ ਲਈ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਗਈ ਹੈ। ਬੇਟੇ ਮੇਰਾ ਬੱਚਾ 2 ਸਾਲ ਸੀ, USA ਮੇਂ ਥਾ ਔਰ ਉਹ ਡੋਰ ਡੈਕਸ ਕਾ ਕਾਮ ਕਰਤਾ ਥਾ। ਸੋ ਮੇਰੇ ਕੋ ਕੱਲ 10:30 ਵਜੇ ਪਤਾ ਲਗਾ ਰਾਤ ਕੋ ਕਿ ਵੀ ਜੋ ਕਾਲੇ ਆ ਉਹਨਾਂ ਨੇ ਉਸਕੋ ਗੋਲੀ ਮਾਰ ਦੀ ਔਰ ਉਸਕੀ ਵਹੀ ਮੌਕੇ ਪਰ ਡੈਥ ਹੋ ਗਈ। ਮੈਨੇ ਰਿਸ਼ਤੇਦਾਰੋਂ ਸੇ ਕਰਜ਼ਾ ਲੈ ਕੇ ਲੋਨ ਲੈ ਕੇ ਬੱਚੇ ਕੋ ਬਾਹਰ ਭੇਜਾ ਥਾ, ਉਸਕੀ ਵੀ ਅਭੀ ਭਰਪਾਈ ਨਹੀਂ ਕਰ ਪਾਇਆ। ਪਹਿਲੀ ਮੇਰੇ ਸਾਥ ਹੀ ਹਾਦਸਾ ਹੋ ਗਿਆ। ਮੈਂ ਗੌਰਮੈਂਟ ਸੇ ਯਹੀ ਦਰਖਾਸਤ ਕਰਤਾ ਹੂੰ ਕਿ ਮੇਰੇ ਬੱਚੇ ਕੀ ਬੋਡੀ ਹਮਾਰੇ ਘਰ ਪਰ ਆਏ, ਹਮਾਰੀ ਸਹਾਇਤਾ ਕੀ ਜਾਏ। ਜੋ ਮੇਰੇ ਭਾਈ ਬੰਦ ਹੈ ਅਮੇਰੀਕਾ ਮੇਂ ਉਹ ਵੀ ਕੁਛ ਸਹਾਇਤਾ ਕਰੇ ਔਰ ਮੇਰੇ ਬੱਚੇ ਕੀ ਬੋਡੀ ਯਹਾਂ ਆਏ, ਆਪਣੇ ਹੱਥ ਸੇ ਉਸਕਾ ਦਾਹ ਸੰਸਕਾਰ ਕਰ ਸਕੇ। ਕੱਲ੍ਹ ਮੇਰੇ ਪਾਸ ਨਾ 9 ਵਜੇ ਕੇ ਕਰੀਬ ਫੋਨ ਆਇਆ ਤੋ ਉਹ ਕਹਿਣੇ ਲੱਗੇ ਕਿ ਬਈ ਉਹ ਸੁਬਹਾ 4 ਵਜੇ ਗਾੜੀ ਲੈ ਕੇ ਗਏ ਥੇ ਔਰ ਵਾਪਸ ਨਹੀਂ ਆਏ, ਕਿਸੀ ਨੇ ਉਨਕੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਠੀਕ ਹੈ ਨਾ, 2 ਸਾਲ ਸੇ ਉਹ 4 ਵਜੇ ਨਿਕਲੇ ਥੇ ਘਰ ਸੇ ਮਲ ਸੁਬਹ। ਹਾਂਜੀ 3 ਸੇ 4। ਹਾਂਜੀ ਹਾਂ, ਵਹਾਂ ਕੇ ਸੁਬਹ ਕੇ 4 ਵਜੇ ਨਹੀਂ ਆਏ ਤੋ ਹਮਾਰੇ ਪਾਸ ਤੋਂ ਰਾਤ ਕੋ 9 ਵਜੇ ਫੋਨ ਆਇਆ। ਠੀਕ ਹੈ ਨਾ, ਤੋ ਪਤਾ ਲਗਾ ਕਿ ਬਈ ਹਮਾਰੇ ਬੀਚ ਅਬ ਮੇਰਾ ਭਾਈ ਨਹੀਂ ਰਹਾ ਔਰ ਇਸੀ ਲਈ ਹਮ ਬਹੁਤ ਪਰੇਸ਼ਾਨ ਔਰ ਸਬਸੇ ਯਹੀ ਅਨੁਰੋਧ ਕਰਤੇ ਹੈ ਜੋ ਹਮਾਰੇ ਭਾਰਤ ਵਾਸੀ ਵਹਾਂ ਗਏ ਹੋਏ ਹੈ ਔਰ ਹਮਾਰੀ ਭਾਰਤ ਕੀ ਜੋ ਨੇਤਾ ਲੋਕ ਹੈ ਵਾ ਮੇਰਾ ਭਾਈ ਯਹਾਂ ਪੇ ਭੇਜ ਦੀਜੀਏਗਾ। ਮੈਂ ਆਪ ਸਭ ਕਾ ਆਭਾਰੀ ਹੂੰ, ਮੈਂ ਆਪ ਸਭ ਕਾ ਬਹੁਤ ਬਹੁਤ ਆਭਾਰੀ ਹੂੰ। ਮੈਂ ਔਰ ਕੁਛ ਨਹੀਂ ਕਹਿਣਾ ਚਾਹਤਾ, ਬਸ ਮੁਝੇ ਮੇਰਾ ਭਾਈ ਚਾਹੀਏ ਔਰ ਹਮ ਉਸਕਾ ਆਪਣੇ ਹੱਥੋਂ ਸੇ ਆਪਣੀ ਅੰਖੋਂ ਸੇ ਉਸਕੋ ਦੇਖ ਕੇ ਉਸਕਾ ਅੰਤਿਮ ਸੰਸਕਾਰ ਕਰ ਦੇਂਗੇ, ਤਭੀ ਹਮਾਰੀ ਆਤਮਾ ਠੰਡੀ ਹੋਗੀ, ਵਰਨਾ ਹਮ ਪਰੇਸ਼ਾਨ ਹੋਏ ਫਿਰ ਜਾਏਂਗੇ। ਹਮਾਰੇ ਪਾਸ ਔਰ ਕੁਛ ਕਹਿਣੇ ਕੇ ਲੀਏ ਨਹੀਂ ਹੈ। ਬਸ 2.5 ਸਾਲ ਸੇ USA ਮੇਂ ਰਹਿ ਰਹਾ ਥਾ ਜੀ,
अपना डेली रूटीन की तरह अपना काम पे आना जाना। क्या काम करते थे? वो स्टोर पे भी लगे हुए थे और फूड डिलीवरी का भी काम करते थे जी। डेली रूटीन की तरह अपने डेली काम पे जाना करना, अपने काम से मतलब रखना, ना किसी से कोई द्वेष भावना कुछ भी नहीं, कोई ऐसा ना किसी के साथ बैर भी, कोई ऐसी घटना घटित हो गई हो जिसके हम बोलते भी कुछ का बैर था, किसी से कोई मतलब इंटरफेयर ही नहीं रखता था। मतलब अपने... समझ में ही नहीं आ पा रहा कि आखिरकार क्यों बोली हमारी। बिल्कुल बिल्कुल, कोई मैटर तो कुछ तो होना चाहिए, कुछ तो सामने आए, कुछ बात तो पता लगे, ऐसा कुछ भी नहीं था वहाँ। अपने काम से डेली रूटीन की तरह उसके रूममेट का फ़ोन आता है, अभी ऐसे ऐसे करके बात हो गई है। अब सारा परिवार इस समस्या में पड़ा हुआ, अभी इतना बड़ा हादसा कैसे कैसे हो गया ये, दूर दूर तक भी जिस हादसे की जिसकी कोई उम्मीद भी नहीं करी जा सकती भी ऐसा किसी बच्चे के साथ हो जाए बाहर विदेश में। मैं तो फोन कब आया था मोनू को, कब बातचीत हुई? वो परसों बात हुई थी जी ताई जी की। हाँ जी, उसके बातचीत उनका फोन का कोई लेना नहीं देना कुछ पता नहीं। हाँ वैसे ठीक था, कोई लड़ाई झगड़ा कुछ भी नहीं था, ऐसा हर प्रकार से ठीक था। हेल्थ वेल्थ बिल्कुल कोई टेंशन कुछ ही प्रकार की नहीं थी, सब प्रकार से डेली रूटीन की तरह ऐसे ही अपने काम पे जाना करना, ये तो पता ही नहीं था भी आज का दिन।